ਚੈਪਟਰ 9 6th ਕਲਾਸ ਮੈਥ ਮਲਟੀਪਲ ਚੁਆਇਸ ਕੁਐਸਚਨ ਪਹਿਲਾ ਕੁਐਸਚਨ ਇਨ ਅ ਫਿਗਰ ਵਿਚ ਆਫ ਦਾ ਫੋਲੋਇੰਗ ਇਜ਼ ਟru PR=PQ PR QR ਇਦਾਂ ਬکریاں ਬکریاں ਆਪਸ਼ਨਸ ਦਿੱਤੀਆਂ ਨੇ ਸਾਈਡਾਂ ਦੀ ਤੁਲਨਾ ਕੀਤੀ ਹੋਈ ਐ ਨੇ ਕਿਹੜੀ ਸਾਈਡ ਵੱਡੀ ਐ ਹੁਣ ਇਹਦੇ ਚ PR PQ ਵੈਸੇ ਵੀ ਨਜ਼ਰ ਆਉਂਦੀ ਐ ਤੇ ਤੁਸੀਂ ਦੇਖਦੇ ਹੋ ਜਿਹੜਾ ਐਂਗਲ Q ਆ ਉਹ ਗ੍ਰੇਟਰ ਦੈਨ ਐਂਗਲ P ਐ ਕਿਉਂਕਿ ਸਾਨੂੰ ਪਤਾ ਗ੍ਰੇਟਰ ਐਂਗਲ ਹੈਜ਼ ਗ੍ਰੇਟਰ ਸਾਈਡ ਓਪੋਜ਼ਿਟ ਟੂ ਇਟ ਇਜ਼ ਅ ਟ੍ਰਾਇੰਗਲ ਪਕਯੂ ਆਰ ਲੈਨੇ ਐਂਗਲ ਕਯੂ ਜਿਹੜਾ ਐਂਗਲ ਪ ਨਾਲੋਂ ਵੱਡਾ ਕਯੂ ਦੇ ਸਾਹਮਣੇ ਸਾਈਡ ਪਆਰ ਤੇ ਐਂਗਲ ਪ ਦੇ ਸਾਹਮਣੇ ਸਾਈਡ ਕਯੂ ਆਰ ਇਸ ਕਰਕੇ ਪਆਰ ਗ੍ਰੇਟਰ ਦੈਨ ਕਯੂ ਆਰ ਹੈ ਉਸ ਵਾਰ ਕਿਹੜਾ ਰਿਫਲੈਕਸ ਐਂਗਲ ਹੈ ਜਿਹੜਾ 180 ਡਿਗਰੀ ਤੋਂ ਵੱਡਾ ਹੈ ਦੈਟ ਇਜ਼ ਕਾਲਡ ਰਿਫਲੈਕਸ ਐਂਗਲ ਇਹ ਤੇ ਟਿਕ ਲਗਾ ਦਿਓ ਰਿਫਲੈਕਸ ਲਾਈਜ਼ ਬੀਟਵੀਨ 180 ਐਂਡ 60 ਡਿਗਰੀ ਕਹਿੰਦਾ ਵਿੱਚ ਐਂਗਲ ਇਹ ਪਤਾ ਹੀ ਹੈ ਤੁਹਾਨੂੰ ਰਾਈਟ ਐਂਗਲ ਜਿਹੜਾ 90 ਡਿਗਰੀ ਦਾ दैट इज अ ਰਾਈਟ ਐਂਗਲ ਵਿਚ ਆਫ ਦਾ ਫੋਲੋਇੰਗ ਇਜ਼ ਐਨ ਐਗਜ਼ਾਮਪਲ ਆਫ ਪਰਪੈਂਡੀਕੂਲਰ ਲਾਈਨਸ ਇਹ ਹੈ ਐਡਜਸੈਂਟ ਐਜਸ ਆਫ ਟੇਬਲ ਜਿਹੜੇ ਟੇਬਲ ਜਿੱਥੇ ਮਿਲਦੇ ਨੇ ਦੋਨੋਂ ਐਜਸ ਦਿੱਦਾ ਦੋ ਐਜਸ ਆਪਸ ਵਿੱਚ ਮਿਲ ਰਹੇ ਇਦਾਂ ਟੇਬਲ ਦੇ ਮਿਲਦੇ ਤਾਂ ਕਿਹੜਾ ਐਂਗਲ ਬਣਦਾ 90 ਡਿਗਰੀ ਦਾ ਇੱਥੇ ਅੱਗੇ ਵਿਚ ਆਫ ਦਾ ਫੋਲੋਇੰਗ ਫਾਰਮਸ ਟ੍ਰਾਇੰਗਲ ਇਹ ਟੋਟਲ ਆ ਕੇ ਚੈੱਕ ਕਰ ਲਓ ਜਿਹਦਾ ਤਾਂ ਟੋਟਲ ਐਂਗਲਸ ਦਾ ਸਮ 180 ਬੰਦਾ ਇਹ ਐਂਗਲ ਸਮ ਪ੍ਰੋਪਰਟੀ ਇਸ ਸਮ ਆਫ ਦਾ ਐਂਗਲਸ ਆਫ ਅ ਟ੍ਰਾਇੰਗਲ ਇਜ਼ 180 ਡਿਗਰੀ ਉਹ ਹੋ ਹੀ ਉਹਦੇ ਵਿੱਚ ਹੀ ਟ੍ਰਾਇੰਗਲ ਪੋਸੀਬਲ ਹੈ ਇਹਨਾਂ ਦਾ ਟੋਟਲ ਆਇਆ ਇੱਥੇ 180 ਬਣ ਗਿਆ ਇਹ ਤੇ ਟਿਕ ਲਗਾ ਲਓ ਇਹਦਾ 186 ਬੰਦਾ ਇਹਦਾ 181 ਡਿਗਰੀ ਹੈ ਇਹਦਾ ਵੀ 181 ਡਿਗਰੀ ਇਸ ਕਰਕੇ ਇਨਾਂ ਚ ਟ੍ਰਾਇੰਗਲਾਂ ਪੋਸੀਬਲ ਨਹੀਂ ਹੈ ਆਪ ਪਹਿਲੇ ਇਹ ਚ ਹੀ ਪੋਸੀਬਲ ਹੈ ਵਿਚ ਆਫ ਦਾ ਸਾਈਡਸ ਆਫ ਅ ਟ੍ਰਾਇੰਗਲ ਏ ਸਮ ਆਫ ਦਾ ਪੜਿਆ ਆਪਾਂ ਸਮ ਆਫ ਟੂ ਸਾਈਡਸ ਆਫ ਟ੍ਰਾਇੰਗਲ ਇਜ਼ ਗ੍ਰੇਟਰ ਦੈਨ ਥਰਡ ਸਾਈਡ ਹੁਣ ਪਹਿਲੇ ਚ ਦੋ ਸਾਈਡਾਂ ਦਾ ਸਮ ਤਾਂ ਇਕੁਅਲ ਹੀ ਹੋ ਗਿਆ ਇੱਥੇ ਟ੍ਰਾਇੰਗਲ ਪੋਸੀਬਲੀ ਹੰਨੀਗੀ ਕਿਉਂਕਿ ਉਹ ਤਾਂ ਇਕੁਅਲ ਲਾਈਨ 'ਚ ਆ ਜਣੇ ਤਿੰਨੋਂ ਪੁਆਇੰਟ ਇਹ ਆ ਲੈਸ ਦੈਨ ਅਜੇ 2 ਜਮਾ 2 4 ਬੜੀਆਂ 4 ਲੈਸ ਦੈਨ 7 ਚਾਹੀਦਾ ਸੀ ਗ੍ਰੇਟਰ ਦੈਨ 7 3 4 7 ਗ੍ਰੇਟਰ ਦੈਨ 2 ਇੱਥੇ ਪੋਸੀਬਲ ਅਸੀ ਚ 5 6 11 11 ਇਹ ਲੈਸ ਦੈਨ 12 ਇਸ ਕਰਕੇ ਇੱਥੇ ਵੀ ਪੋਸੀਬਲ ਨਹੀਂ ਸੀ ਤੇ ਟਿੱਕ ਲਗਾ ਲਓ ਆ ਪੈਰਲਗ੍ਰਾਮ ਹੈ ਵੀ ਕਿ ਐਡਜਸੈਂਟ ਸਾਈਡ ਜੀ ਇਕੁਅਲ ਇਸ ਕਾਲਡ ਉਹਨੂੰ ਕੀ ਕਹਿੰਦੇ ਆ ਰੋਮਬਸ ਪੈਰਲਗ੍ਰਾਮ ਦੀ ਜੇ ਐਡਜਸੈਂਟ ਸਾਈਡਾਂ ਬਰਾਬਰ ਹੋਣ ਤੇ ਉਹਨੂੰ ਰੋਮਬਸ ਕਹਿੰਦੇ ਆ ਕੁਐਸਚਨ ਨੰਬਰ 8 ਵਿਚ ਆਫ ਦਾ ਫੋਲੋਇੰਗ ਇਜ਼ ਨਾਟ ਆਲਵੇਜ਼ ਟੂ ਫਾਰ ਰੈਕਟੈਂਗਲ ਉਹ ਕਿਹੜਾ ਡਾਇਗੋਨਲ ਤਾਂ ਇਕੁਅਲ ਹੀ ਹੁੰਦੇ ਨੇ ਰੈਕਟੈਂਗਲ ਦੇ ਬਾਈਸੈਕਟ ਵੀ ਕਰਦੇ ਨੇ 90 ਡਿਗਰੀ ਦਾ ਕੋਣ ਵੀ ਹੁੰਦਾ ਰੈਕਟੈਂਗਲ ਇਸ ਟਾਈਪ ਦੀ ਹੁੰਦੀ ਹੈ ਨਾ ਕਹਦਾ ट्रू ਨਹੀਂ ਆਲ ਸਾਈਡਸ ਆ ਇਕੁਅਲ ਰੈਕਟੈਂਗਲ ਦੇ ਵਿੱਚ ਚਾਰ ਸਾਈਡਸ ਇਕੁਅਲ ਨਹੀਂ ਹੁੰਦੀਆਂ ਆਪੋਜ਼ਿਟ ਤਾਂ ਹੁੰਦੀਆਂ ਨੇ ਲੇਕਿਨ ਚਾਰੋਂ ਨਹੀਂ ਹੁੰਦੀਆਂ ਹਮੇਸ਼ਾ ਇਹ ट्रू ਨਹੀਂ ਹੈ ਅਗੇ ਵਿਚ ਆਫ ਦਾ ਫੋਲੋਇੰਗ ਇਜ਼ ਨਾਟ ट्रू ਕਹਿੰਦਾ ਵਿਚ ਆਫ ਦਾ ਫੋਲੋਇੰਗ ਇਜ਼ ਨਾਟ ट्रू ਹੈ ਤਾਂ ਧਿਆਨ ਰੱਖਣਾ ਐਵਰੀ ਰੋਮਬਸ ਇਜ਼ ਪੈਰਲਲਗ੍ਰਾਮ ਈਚ ਸਕੁਅਰ ਇਜ਼ ਰੋਮਬਸ ਈਚ ਰੈਕਟੈਂਗਲ ਇਜ਼ ਸਕੁਅਰ ਉਹਨੇ ਦੇ ਚ ਇਹ ट्रू ਨਹੀਂ ਹੈ ਈਚ ਰੈਕਟੈਂਗਲ ਇਜ਼ ਸਕੁਅਰ ਲੋਅਥ ਸਹੀ ਟਰੂ ਹੋ ਗਿਆ ਈਚ ਰੈਕਟੈਂਗਲ ਇਜ਼ ਸਕੁਅਰ ਕਿਉਂਕਿ ਇਹਨੇ ਕਿਹਾ ਵਾ ਵੀ ਹਰ ਰੈਕਟੈਂਗਲ ਸਕੁਅਰ ਹੈਗੀ ਹੈ ਹਰ ਰੈਕਟੈਂਗਲ ਸਕੁਅਰ ਨਹੀਂ ਹੋ ਸਕਦੀ ਨਾ ਹੁਣ ਜਿੱਥੇ ਲੰਬਾਈ ਚੌੜਾਈ ਅਲੱਗ ਹੋ ਗਏ ਲੈਂਥ ਬ੍ਰੈਡਥ ਅਲੱਗ ਹੋ ਗਏ ਤੇ ਉਥੇ ਉਹਨੇ ਸਕੁਅਰ ਨਹੀਂ ਬਣਨਾ ਇਸ ਕਰਕੇ ਸੀ ਇਜ਼ ਨਾਟ ਟਰੂ ਅ ਕਯੂਬੋਇਡ ਹੈਜ਼ ਕਯੂਬੋਇਡ ਦੀ ਉਹਨੇ ਗੱਲ ਕੀਤੀ ਸੀ 12 ਐਜਸ ਹੁੰਦੇ ਨੇ 12 ਐਜਸ ਹੁੰਦੇ ਨੇ